ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵੇਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਤੋਂ। ਅੱਜ ਪੀਟੀ ਦੇ ਸਟੂਡੈਂਟ ਜੋ ਕਿ ਜਸਪ੍ਰੀਤ ਕੌਰ ਨੇ ਸੁਧਾਰ ਤੋਂ, ਇਹਨਾਂ ਦਾ ਐਕਸਪੀਰੀਅੰਸ ਜਾਣਾਂਗੇ ਵੇਨਿਊਰ ਇੰਗਲਿਸ਼ ਨਾਲ ਕਿੱਦਾਂ ਕਰ ਰਿਹਾ। ਜਸਪ੍ਰੀਤ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਵੇਨਿਊਰ? ਸਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਪਹਿਲੀ ਗੱਲ ਇਹ ਹੈ ਸਰ ਕਿ ਪਹਿਲਾਂ ਮੈਂ ਕਾਫੀ ਇੰਸਟੀਟਿਊਟਸ ਵਿੱਚ ਕੀਤੀ ਸੀਗੀ ਟਰਾਈ ਨਾ, ਬਟ ਜੋ ਚੀਜ਼ ਮੈਨੂੰ ਇੱਥੋਂ ਗੈਟ ਹੋਈ ਹੈ ਉਹ ਮੈਨੂੰ ਹੋਰ ਕਿਤੋਂ ਨਹੀਂ। ਕਿਵੇਂ ਤੁਹਾਨੂੰ ਇੱਥੋਂ ਦਾ ਇਨਵਾਇਰਮੈਂਟ ਲੱਗਿਆ? ਜਿਵੇਂ ਆਪਾਂ ਸਾਰਿਆਂ ਨੂੰ ਦੱਸਣਾ ਹੋਵੇ ਤਾਂ ਤੁਸੀਂ ਕੀ ਰੈਕਮੈਂਡ ਕਰੋਗੇ? ਸਰ ਸਪੈਸ਼ਲੀ ਜੇ ਮੈਂ ਗੱਲ ਕਰਾਂ ਗਰਲਸ ਦੇ ਲਈ, ਬਹੁਤ ਟੀਚਰਸ ਵੀ ਬਹੁਤ ਕੋਆਪਰੇਟਿਵ ਆ, ਐਂਡ ਸਰ ਜਿਹੜਾ ਐਟਮੋਸਫੀਅਰ ਆ ਉਹ ਬਹੁਤ ਮੇਨਟੇਨਡ ਆ, ਵੈਲ ਡਿਸਪਲਿਨਡ ਵੀ ਆ। ਅਗਰ ਆਪਾਂ ਕੁਆਲਿਟੀ ਦੀ ਗੱਲ ਕਰੀਏ, ਕੁਆਲਿਟੀ ਐਜੂਕੇਸ਼ਨ ਦੀ, ਜਿਸ ਤਰ੍ਹਾਂ ਸਾਡੇ ਕੋਲ ਪੀਅਰਸਨ ਸਰਟੀਫਾਈਡ ਟ੍ਰੇਨਰ ਆ, ਪ੍ਰੋਪਰ ਤੁਹਾਨੂੰ ਮਟੀਰੀਅਲ ਮਿਲ ਰਿਹਾ, ਐਜੂਕੇਸ਼ਨ ਮਿਲ ਰਹੀ ਹੈ? ਸਰ ਹਾਂਜੀ, ਮੈਂ ਉਹੀ ਮੇਨਲੀ ਗੱਲ ਕਰਦੀ ਹਾਂ ਕਿ ਜਿੱਦਾਂ ਮੇਰੇ ਨਾਲ ਪਹਿਲਾਂ ਜਦੋਂ ਮੈਂ ਫਸਟਲੀ ਅਟੈਂਪਟ ਕੀਤੀ ਸੀਗੀ ਉਹਦੇ ਵਿੱਚ ਮੇਰੀ ਲਿਸਨਿੰਗ ਦੇ ਵਿੱਚ ਮੇਨਲੀ ਪ੍ਰੋਬਲਮ ਆ ਰਹੀ ਸੀ ਮੈਨੂੰ, ਸੋ ਉਹਦੇ ਵਿੱਚ ਹੁਣ ਮੇਰੇ 7 ਬੈਂਡ 7.5 ਬੈਂਡਸ ਤੱਕ ਸਕੋਰ ਜਾਂਦੇ ਆ। ਇਟਸ ਅ ਵੈਰੀ ਗੁੱਡ ਇੰਪਰੂਵਮੈਂਟ। ਵਿਸ਼ ਯੂ ਆਲ ਦਾ ਬੈਸਟ, ਬਹੁਤ ਵਧੀਆ ਅਟੈਂਪਟ ਕਰੋ ਪੀਟੀ ਟੈਸਟ ਨੂੰ, ਐਂਡ ਜਿਹੜੇ ਵੀ ਸਟੂਡੈਂਟ ਪੀਟੀ ਦੇ ਵਿੱਚ ਹਾਇਰ ਸਕੋਰ ਲੈਣਾ ਚਾਹੁੰਦੇ ਔਰ ਇੱਕ ਅੱਛੇ ਸੈਂਟਰ ਦੀ ਤਲਾਸ਼ ਕਰਨਾ ਚਾਹੁੰਦੇ, ਵੇਨਿਊਰ ਇੰਗਲਿਸ਼ 'ਤੇ ਆਓ। ਸਾਡੇ ਕੋਲ ਮਾਰਨਿੰਗ, ਨੂਨ ਐਂਡ ਈਵਨਿੰਗ ਬੈਚਿਸ ਅਵੇਲੇਬਲ ਨੇ। ਪੀਅਰਸਨ ਸਰਟੀਫਾਈਡ ਟ੍ਰੇਨਰ ਵਿਲ ਹੈਲਪ ਯੂ ਟੂ ਐਮਬਰੇਸ ਯੂਰ ਡ੍ਰੀਮਸ। ਥੈਂਕ ਯੂ।